ਥਾਮ ਨਹੀਂ ਤੁਧ ਜਿਹਾ, ਥਾਮ ਨਹੀਂ ਤੁਧ ਜਿਹਾ। ਸਾਗਨ ਅਪਾਰ ਅਨੂਪ ਰਾਮਦਾਸਪੁਰ।
ਕਸਮਲ ਜਾਏ ਨਾਇ ਰਾਮਦਾਸ ਸਰ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ ਜੀ ਥਾਮ ਨਹੀਂ ਤੁਧ ਜਿਹਾ ਸਭੇ ਧਾਮ ਨਹੀਂ ਤੁਧ ਜਿਹਾ
ਸੰਤ ਜੀ ਹੋਰਾਂ ਨੇ ਪਹਿਲਾਂ ਮਾਰੀ ਦਾ ਸ਼ਬਦ ਸੁਣਾਏ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣ ਆਇਆ ਰਾਮ। ਜੇਕਰ ਭਰੋਸਾ ਰੱਖਿਆ ਜਾਵੇ ਨਾ ਤਾਂ ਸਿੱਖ ਦਾ ਹਰ ਇੱਕ ਕੰਮ ਜਿਹੜਾ ਗੁਰੂ ਸਵਾਰਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਵਾਰਦੇ। ਬੜੇ ਬੰਦੇ ਕਹਿੰਦੇ ਆ ਵੀ ਯਾਰ ਉਹ ਦਰਬਾਰ ਸਾਹਿਬ ਦੇ ਵਿੱਚ ਜੇਕਰ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਹੀ ਬੰਦੇ ਠੀਕ ਹੁੰਦੇ ਆ, ਅਤੇ ਉੱਥੇ ਹੋਰ ਵੀ ਜਿਹੜੇ ਲੂਲੇ ਲੰਗੜੇ ਹੋਸਪਿਟਲਾਂ 'ਚੋਂ ਬੰਦੇ ਚੁੱਕ ਕੇ ਉੱਥੇ ਨਵਾਓ ਜਾ ਕੇ ਠੀਕ ਹੋ ਜਾਣਗੇ, ਕਈ ਕਹਿੰਦੇ। ਸੰਗਤ ਜੀ ਮੇਰੀ ਗੱਲ ਸੁਣਿਓ, ਜਿਹੜੇ ਸਾਈਕੋਲੋਜਿਸਟ ਹੈਗੇ ਨਾ ਅੱਜ ਦੇ ਜਿੰਨੇ ਮੰਨੇ ਪ੍ਰਮੰਨੇ, ਉਹ ਇਹ ਗੱਲ ਮੰਨਦੇ ਹੈਗੇ ਵੀ ਉਹ ਧਰਮ ਸਥਾਨਾਂ 'ਤੇ ਜਾ ਕੇ ਬੰਦੇ ਠੀਕ ਹੁੰਦੇ ਆ, ਉਹ ਜਿਹੜੇ ਠੀਕ ਹੁੰਦੇ ਆ ਉਹਨਾਂ ਦੀ ਆਪਣੀ ਆਤਮਿਕ ਅਵਸਥਾ, ਰੂਹਾਨੀ ਅਵਸਥਾ, ਮਾਨਸਿਕ ਅਵਸਥਾ ਜਿਹੜੀ ਇੰਨੀ ਉੱਚੀ ਹੋ ਜਾਂਦੀ ਆ, ਭਰੋਸੇ ਦਾ ਲੈਵਲ ਇੰਨਾ ਉੱਚਾ ਹੋ ਜਾਂਦਾ ਵੀ ਉੱਥੇ ਗੁਰੂ ਕੋਲ ਪਹੁੰਚ ਕੇ ਚੱਲ ਕੇ ਮਾਰੇ ਕਲਾ ਵਰਤਾਉਂਦੇ ਨੇ। ਇਹ ਡਿਪੈਂਡ ਕਰਦਾ ਜਿਹੜਾ ਪ੍ਰਾਣੀ ਜਾਂਦਾ ਉਹਦੇ ਭਰੋਸੇ 'ਤੇ, ਉਹਦਾ ਵਿਸ਼ਵਾਸ ਕਿੰਨਾ ਹੈ, ਭਾਵਨੀ ਕਿੰਨੀ ਹੈਗੀ। ਇਹ ਨਹੀਂ ਵੀ ਜਿਹੜਾ ਮਰਜ਼ੀ ਚੁੱਕ ਇੱਥੇ ਸੁੱਟ ਦੀ ਤਾਂ ਠੀਕ ਹੋ ਜਾਏਗਾ, ਨਹੀਂ। ਉੱਥੇ ਬੜੇ ਜਾਂਦੇ ਜਿਹੜੇ ਜੇਬਾਂ ਵੀ ਕੱਟਦੇ ਰੋਜ਼, ਉੱਥੇ ਉਹ ਵੀ ਜਾਂਦੇ ਭਾਵਨਾ ਲੈ ਕੇ। ਬੜੇ ਉੱਥੇ ਉਹ ਜਾਂਦੇ ਆ ਜਿਹੜੇ ਗੁਰੂ ਨੂੰ ਸਮਰਪਿਤ ਹੋ ਕੇ ਠੀਕ ਵੀ ਹੁੰਦੇ ਆ। ਸਾਈਕੋਲੋਜਿਸਟ ਮੰਨਣ ਲੱਗ ਪਏ ਵੀ ਜਦੋਂ ਉਹ ਮਾਰੇ ਦੇ ਚਰਨਾਂ ਵਿੱਚ ਜਾ ਕੇ ਜਾਂ ਕਿਸੇ ਵੀ ਧਰਮ ਸਥਾਨ 'ਤੇ ਜਾ ਕੇ ਕੋਈ ਬੰਦਾ ਠੀਕ ਹੁੰਦਾ ਹੈ ਨਾ, ਉਹ ਮਾਨਸਿਕ ਤੌਰ 'ਤੇ ਉਹ ਭਰੋਸੇ ਦੇ ਵਿੱਚ ਇੰਨਾ ਜ਼ਿਆਦਾ ਦ੍ਰਿੜ ਵਿਸ਼ਵਾਸ ਉਹਨੂੰ ਹੋ ਜਾਂਦਾ, ਉਹਦੀ ਬਾਡੀ ਨਾ ਦੋ ਹਾਰਮੋਨ ਜਿਹੜੇ ਰਿਲੀਜ਼ ਕਰਦੀ ਅੰਦਰ, ਅਤੇ ਉਹ ਹਾਰਮੋਨ ਜਿਹੜੇ ਸਾਰੀ ਬਿਮਾਰੀ ਅੰਦਰੋਂ ਕੱਢ ਕੇ ਬਾਹਰ ਸੁੱਟ ਦਿੰਦੇ। ਇਹ ਮਾਨਸਿਕ ਅਵਸਥਾ ਦੀ ਖੇਡ ਹੈਗੀ ਭਾਈ, ਇਹ ਸਰੀਰਾਂ ਦੀ ਖੇਡ ਹੈ ਨਹੀਂ। ਜਿਹੜਾ ਨਹੀਂ ਮੰਨਦਾ ਨਾ ਮੰਨੇ, ਜਿਹਨੂੰ ਮਾਰੇ ਨੇ ਬਖਸ਼ਿਸ਼ ਕਰਕੇ ਭਰੋਸਾ ਬਖਸ਼ ਦਿੱਤਾ, ਉਹ ਝੋਲੀਆਂ ਭਰ ਕੇ ਲੈ ਕੇ ਜਾਂਦੇ। ਚਲੋ ਇਹ ਤਾਂ ਹੋ ਗਿਆ ਸਰੀਰਕ ਤੌਰ 'ਤੇ ਕੋਈ ਜਾਂਦੇ ਆ ਕਿਸੇ ਦਾ ਭਰੋਸਾ ਬਣਦਾ, ਅਸੀਂ ਤਾਂ ਸਾਰੇ ਵਿਕਲਾਂਗ ਹੈਗੇ ਹਾਂ, ਵਿਕਲਾਂਗ ਮਾਨਸਿਕ ਵਿਕਲਾਂਗ ਹੈਗੇ। ਮਾਰੇ ਦੇ ਚਰਨਾਂ ਵਿੱਚ ਜਾ ਕੇ ਫਿਰ ਵੀ ਕੁਝ ਨਹੀਂ ਲੈ ਕੇ ਆਉਂਦੇ, ਉੱਥੋਂ ਪ੍ਰਸ਼ਾਦ ਖਾ ਕੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਆ ਜਾਂਦੇ। ਸਾਡੀ ਮਾਨਸਿਕਤਾ ਦੇ ਵਿੱਚ ਉਹੀ ਕੂੜ ਕਵਾੜ ਹੈਗਾ, ਈਰਖਾ ਹੈਗੀ, ਨਿੰਦਿਆ ਹੈਗੀ ਆ, ਦੂਈ ਦੁਵੈਸ਼ ਹੈਗੀ ਆ, ਹੰਕਾਰ ਹੈਗਾ। ਮਹਾਰਾਜ ਦੇ ਚਰਨਾਂ 'ਚ ਬੈਠੇ ਹੁੰਦੇ ਹਨ ਅਤੇ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਸਾਰੇ ਆਪਣੇ ਅੰਦਰ ਝਾਤ ਮਾਰੀਏ ਵੀ ਯਾਰ ਕਿਸੇ ਨਾਲ ਈਰਖਾ ਧਿਆਨ ਨਹੀਂ ਹੈ, ਕਿਸੇ ਦੇ ਨਾਲ ਸੰਗਤ ਦੇ ਨਾਲ ਕੋਈ ਪ੍ਰਾਣੀ ਹੈਗਾ ਵੀ ਸਾਨੂੰ ਕੋਈ ਇਹੋ ਜਿਹਾ ਹੈਗਾ ਜਿਹੜਾ ਸਾਹਮਣੇ ਆਉਂਦਾ ਤਾਂ ਸਾਨੂੰ ਬੁਰਾ ਲੱਗਦਾ ਹੈ। ਮਹਾਰਾਜ ਕਹਿੰਦੇ ਜਿੰਨੀ ਦੇਰ ਅੰਦਰ ਤਾਤ ਭਰਾਈ ਹੋਵੇ ਤਾਂ ਤੇਰਾ ਭਲਾ ਨਹੀਂ ਹੋਣਾ ਭਾਈ, ਅਤੇ ਜੇ ਮੇਰੀ ਪ੍ਰਵਾਨਗੀ ਲੈਣੀ, ਮੇਰੀ ਬਖਸ਼ਿਸ਼ ਲੈਣੀ ਤਾਂ ਈਰਖਾ ਦਾ ਜਿਹੜਾ ਗੰਦ ਅੰਦਰੋਂ, ਹੰਕਾਰ ਦਾ ਗੰਦ ਜਿਹੜਾ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਮੰਦਾ ਤੱਕਣਾ, ਮੰਦਾ ਸੁਣਨਾ, ਜਿਸ ਬੰਦੇ ਨਾਲ ਅਸੀਂ ਨਫ਼ਰਤ ਕਰਦੇ ਹਾਂ ਉਹਦੀ ਨਿੰਦਿਆ ਹੋਵੇ, ਬੜਾ ਖੁਸ਼ ਹੁੰਦਾ ਬੰਦਾ ਸੁਣ ਕੇ ਜੀ, ਅਤੇ ਉਹਨੂੰ ਇਹ ਪਤਾ ਨਹੀਂ ਹੈਗਾ ਵੀ ਬੜਾ ਤਕੜਾ ਵਿਕਾਰ। ਜਿਹੜਾ ਬੰਦਾ ਵਿਕਲਾਂਗ ਹੁੰਦਾ ਲੱਤਾਂ ਤੋਂ, ਹੱਥਾਂ ਤੋਂ, ਅੱਖਾਂ ਤੋਂ, ਇਹ ਉਹਦੇ ਤੋਂ ਵੀ ਵੱਡਾ ਵਿਕਲਾਂਗ ਬੰਦਾ ਜੀ, ਜਿਹੜਾ ਨਫ਼ਰਤ ਕਰਦਾ ਹੈ, ਜਿਹੜਾ ਅੱਖਾਂ ਦੇ ਨਾਲ ਮੰਦਾ ਤੱਕਦਾ ਹੈ, ਕੰਨਾਂ ਦੇ ਨਾਲ ਬੁਰਾ ਸੁਣਦਾ ਹੈ, ਜ਼ੁਬਾਨ ਦੇ ਨਾਲ ਕਿਸੇ ਦੀ ਨਿੰਦਿਆ ਕਰਦਾ ਹੈ, ਹਿਰਦੇ ਦੇ ਵਿੱਚ ਚਿਤਵਣਾ ਵੀ, ਜਿਹੜਾ ਮਹਾਰਾਜ ਜੀ ਕਹਿੰਦੇ ਵੀ ਅਚੇਤ ਪਾਪ ਅਤੇ ਡਰ, ਮਹਾਰਾਜ ਕਹਿੰਦੇ ਉਹ ਜਿਹੜਾ ਚਿਤਵਣਾ ਵੀ ਨਹੀਂ ਹੈਗਾ ਪਾਪ ਕਰਨਾ, ਤਾਂ ਦੂਰ ਦੀ ਗੱਲ। ਸੋ ਮਹਾਰਾਜ ਨੂੰ ਕਿਰਪਾ ਕਰੀਏ, ਮਹਾਰਾਜ ਦੇ ਚਰਨਾਂ 'ਚ ਜਾ ਕੇ ਅਰਦਾਸ ਕਰੀਏ, ਮਹਾਰਾਜ ਸਾਡਾ ਵਿਕਲਾਂਗਪਣ ਜਿਹੜਾ ਇਹਦਾ ਅਧੂਰਾਪਣ, ਮਹਾਰਾਜ ਜੀ ਖਤਮ ਕਰੋ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਸਾਬਤ ਕਰੋ ਅਸੀਂ ਵਿਕਾਰਾਂ ਦੇ ਵਿੱਚ ਗ੍ਰਸੇ ਪਏ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਇਹੀ ਝੋਲੀ ਫੈਲਾਉਣੀ ਆ, ਫੈਲਾਵਾਂਗੇ ਇਸ ਭਾਵਨਾ ਦੇ ਨਾਲ ਈਰਖ, ਇਹੀ ਤਾਂ ਹੈਗਾ ਜਿਹੜਾ ਗੰਦ ਮਹਾਰਾਜ ਕਹਿੰਦੇ ਅੰਦਰੋਂ ਤੇਰਾ ਜਿਹੜਾ ਭਰਿਆ ਪਿਆ ਹੈਗਾ, ਇਹੀ ਹੈਗੀ ਆ ਈਰਖਾ ਅੰਦਰੋਂ ਭਰੀ ਪਈ ਹੈ।
ਜਿਹਨੂੰ ਬੰਦਾ ਈਰਖਾ ਕਰਦਾ ਨਾ, ਉਸ ਨੂੰ ਪਤਾ ਵੀ ਨਹੀਂ ਹੁੰਦਾ ਵੀ ਮੈਨੂੰ ਈਰਖਾ ਕਰ ਰਿਹਾ, ਉਹ ਅੰਦਰ ਹੀ ਬੰਦਾ ਸੜੀ ਜਾ ਰਿਹਾ, ਆਪੇ ਹੀ ਸੜੀ ਜਾ ਰਿਹਾ, ਉਹ ਆਪਣੇ ਪਾਪ ਦੇ ਨਾਲ ਆਪ ਹੀ ਸੜਦਾ ਪਿਆ। ਉਹ ਮਹਾਰਾਜ ਕਹਿੰਦੇ ਨਹੀਂ, ਨਿਕਲੋ। ਬਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਭਾਈ ਘਨੱਈਆ ਨੇ ਤਾਂ ਦੁਸ਼ਮਣਾਂ ਵਿੱਚੋਂ ਵੀ ਤੱਕ ਲਿਆ, ਸਾਨੂੰ ਸਿੱਖਾਂ ਵਿੱਚੋਂ ਨਹੀਂ ਨਜ਼ਰ ਆਉਂਦਾ ਪਿਆ, ਕਿਉਂਕਿ ਇੰਨਾ ਜ਼ਿਆਦਾ ਅੱਖਾਂ 'ਤੇ ਗੰਦ ਭਰਿਆ ਪਿਆ, ਇੰਨੀਆਂ ਮੈਲੀਆਂ ਹੋਈਆਂ ਅੱਖਾਂ ਵੀ ਸਾਨੂੰ ਸਿੱਖਾਂ ਦੇ ਵਿੱਚੋਂ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਮਹਾਰਾਜ ਜੀ ਕਿਰਪਾ ਕਰੇ। ਇਸੇ ਤਰ੍ਹਾਂ ਨੇਤਾ ਪ੍ਰਤੀ ਐਤਵਾਰ ਤੱਕ ਵੱਧ ਤੋਂ ਵੱਧ ਹਾਜ਼ਰੀਆਂ ਭਰਿਓ ਜੀ, 6 ਵਜੇ ਦੀਵਾਨ ਚਾਲੂ ਹੋ ਜਾਂਦਾ ਏ, ਅਤੇ ਇਸੇ ਤਰ੍ਹਾਂ ਮਰਦੀ ਬਖਸ਼ ਸਾਰਿਆਂ ਮਿਲ ਕੇ ਲੈਣੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਵੀਰ ਸੰਤ ਅਨੂਪ ਸਿੰਘ ਜੀ ਹੋਰਾਂ ਦਾ, ਕਿਉਂਕਿ ਅਸੀਂ ਬਚਪਨ ਤੋਂ ਇਹਨਾਂ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਮੈਂ ਟਕਸਾਲ 'ਚ ਪੜ੍ਹਦਾ ਹੁੰਦਾ, ਜਦੋਂ ਤੋਂ ਇਹਨਾਂ ਨੂੰ ਸੁਣ ਸੁਣ ਕੇ ਇਹਨਾਂ ਦੀਆਂ ਰੀਤਾਂ ਪਹਿਲਾਂ ਗਾਉਂਦੇ ਰਹੇ, ਉੱਥੋਂ ਅਭਿਆਸ ਕਰਦਿਆਂ ਕਰਦਿਆਂ, ਅਤੇ ਅੱਜ ਮੇਰੇ ਵੱਡੇ ਭਾਗ ਹੈਗੇ ਵੀ ਇਹਨਾਂ ਨੇ ਪ੍ਰਵਾਨਗੀ ਦਿੱਤੀ ਨਾਲ ਬਹਿਣ ਦੀ, ਅਤੇ ਬੜੀ ਖੁਸ਼ੀ ਆ ਵੀ ਮਿਲ ਕੇ ਇੱਥੇ ਸਾਰੇ ਕੀਰਤਨ ਕਰ ਰਹੇ। ਮੇਰੇ ਨਾਲ ਵੀਰ ਸੁਰਿੰਦਰਜੀਤ ਸਿੰਘ ਜੀ, ਪੰਥ ਦੇ ਸਰਮੌਰ ਕੀਰਤਨੀ ਹੈ, ਸਾਡੇ ਸਤਿਕਾਰਤ ਕੀਰਤਨੀ ਹੈ, ਸ਼੍ਰੋਮਣੀ ਕੀਰਤਨੀ ਹੈ, ਭਾਈ ਗੁਰਮੇਲ ਸਿੰਘ ਜੀ ਹੋਰਾਂ ਦੇ ਖਾਨਦਾਨ ਦੇ ਵਿੱਚੋਂ ਇਹ ਭਾਈ ਸੁਰਿੰਦਰਜੀਤ ਸਿੰਘ ਜੀ ਤੁਹਾਡੇ ਇੱਥੇ ਸੇਵਾ ਨਿਭਾ ਰਹੇ ਨੇ, ਅਤੇ ਇਹ ਸੰਗਤ ਵਾਸਤੇ ਬੜੀ ਬਿਹਤਰ ਗੱਲ ਹੈਗੀ ਆ ਵੀ ਇੱਕ ਹੋਣਹਾਰ ਪੰਥ ਵੱਲੋਂ ਪ੍ਰਵਾਨੇ ਸ਼੍ਰੋਮਣੀ ਕੀਰਤਨੀਆਂ ਦੇ ਖਾਨਦਾਨ ਦੇ ਵਿੱਚੋਂ ਤੁਹਾਡੀ ਸੇਵਾ ਕਰ ਰਹੇ ਕੀਰਤਨੀ ਹੈ, ਅਤੇ ਇਸੇ ਤਰ੍ਹਾਂ ਸੀਸਾਂ ਦੇਣ ਤੁਸੀਂ ਰੋਜ਼ ਆਇਓ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਆਨੰਦ ਸਾਹਿਬ ਪੜ੍ਹੀਏ ਜੀ।